ਡਿਜ਼ਾਈਨ ਦਾ ਕੰਮ ਚੱਲ ਰਿਹਾ ਜੀ, ਅਤੇ ਬਹੁਤ ਹੀ ਬਰੀਕੀ ਵਾਲਾ ਕੰਮ ਸੀ, ਅਤੇ ਮੈਂ ਆਖਿਆ ਚਲੋ ਜੀ ਅੱਜ ਕੋਈ ਬਹੁਤ ਹੀ ਟੇਸਟੀ ਚੀਜ਼ ਬਣਾ ਕੇ ਖਵਾਉਂਦੇ ਹਾਂ। ਅਤੇ ਅੱਜ ਬਣਾ ਰਹੇ ਹਾਂ ਸੂਜੀ ਤੋਂ ਬਹੁਤ ਹੀ ਸਵਾਦ ਮਠਿਆਈ, ਅਤੇ ਬਹੁਤ ਹੀ ਸੌਖੇ ਤਰੀਕੇ ਨਾਲ, ਅਤੇ ਥੋੜ੍ਹੇ ਜਿਹੇ ਘਿਓ ਤੋਂ ਵੀ ਬਣ ਜਾਂਦੀ ਆ। ਇੱਧਰ ਆਪਾਂ ਲੈ ਲਿਆ ਜੀ ਪੈਨ, ਅਤੇ ਇਹਦੇ ਵਿੱਚ ਆਪਾਂ ਪਾਵਾਂਗੇ 3 ਕੁ ਚਮਚ ਦੇਸੀ ਘਿਓ, ਅਤੇ ਇਸੇ ਤੋਂ ਜਿਹੜੀ ਮਠਿਆਈ ਉਹ ਬਣ ਕੇ ਤਿਆਰ ਹੋ ਜੂਗੀ। ਹੁਣ ਜਿਹੜੇ ਹੁੰਦੇ ਨੇ ਗੇ ਵੀ ਘੱਟ ਤੇਲ ਵਾਲੀਆਂ ਚੀਜ਼ਾਂ ਖਾਣਾ ਪਸੰਦ ਕਰਦੇ, ਤਾਂ ਉਹ ਇਹ ਬਣਾ ਕੇ ਜ਼ਰੂਰ ਖਾ ਸਕਦੇ ਨੇ ਜੀ, ਘੱਟ ਘਿਓ ਤੇਲ ਵਾਲੀਆਂ। ਇਹਦੇ ਵਿੱਚ ਆਪਾਂ ਪਾ ਲਿਆ ਜੀ 2 ਚਮਚ ਬੇਸਣ, ਇਹਨੂੰ ਆਪਾਂ ਪਾ ਕੇ ਮਿਕਸ ਕਰ ਲੈਣਾ ਗਾ ਚੰਗੀ ਤਰ੍ਹਾਂ। ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 1 ਕੌਲੀ ਭਰ ਕੇ ਸੂਜੀ ਦੀ, ਜਿਹੜੀ ਕਿ ਆਪਾਂ ਛਾਣ ਕੇ ਚੰਗੀ ਤਰ੍ਹਾਂ ਰੱਖ ਲਈ ਸੀਗੀ, 1 ਕੌਲੀ ਲਈ ਹੋਈ ਆ ਵੱਡੀ, ਵੱਧ ਘੱਟ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜੀ। ਅਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਗਾ, ਅਤੇ ਇਹਦੇ ਵਿੱਚ ਆਪਾਂ ਹੋਰ ਘਿਓ ਨਹੀਂ ਪਾਉਣਾ, ਸਿਰਫ 3 ਚਮਚਿਆਂ ਨਾਲ ਹੀ ਆਪਣੀ ਜਿਹੜੀ ਬਰਫੀ ਆ ਉਹ ਬਣ ਕੇ ਤਿਆਰ ਹੋਊਗੀ। ਅਤੇ ਜਿਉਂ ਜਿਉਂ ਇਹ ਪੱਕੂਗੀ, ਮਤਲਬ ਭੁੱਜਣ ਲੱਗ ਜੂਗੀ, ਤਾਂ ਇਹ ਜਿਹੜਾ ਘਿਓ ਆ ਉਹ ਛੱਡਣਾ ਸਟਾਰਟ ਕਰ ਦੂਗੀ। ਅਤੇ ਇਸ ਪ੍ਰਕਾਰ ਆ ਜਿਹੜਾ ਤੁਸੀਂ ਦੇਖ ਸਕਦੇ, ਜਿਹੜਾ ਕਲਰ ਆ ਉਹ ਜਿਹੜਾ ਚੇਂਜ ਹੋਣਾ ਸਟਾਰਟ ਹੋ ਗਿਆ। 2-3 ਮਿੰਟ ਆਪਾਂ ਇਹਨੂੰ ਪਕਾ ਲਿਆ ਸੀਗਾ, ਮੀਡੀਅਮ 'ਤੇ ਰੱਖ ਕੇ ਆਪਾਂ ਇਹਨੂੰ ਪਕਾ ਲੈਣਾ 5-7 ਮਿੰਟ। ਅਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਾਂ ਤਾਂ ਪਾਵਾਂਗੇ ਜੀ ਮਲਾਈ, ਅਤੇ ਜਾਂ ਪਾਉਣੀ ਆ ਕਰੀਮ। 2-3 ਚਮਚ ਆਪਾਂ ਇਹ ਪਾ ਕੇ ਇਹਨੂੰ ਮਿਕਸ ਕਰ ਦੇਣਾ, ਅਤੇ ਨਹੀਂ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਪਾ ਸਕਦੇ ਹਾਂ 2-3 ਚਮਚ ਟੇਸਟ ਵਾਸਤੇ, ਟੇਸਟ ਬਹੁਤ ਹੀ ਵਧੀਆ ਆ ਜਾਂਦਾ ਗਾ। ਇੱਧਰ ਆਪਾਂ ਲਈਏ ਜੀ 1/4 ਕੌਲੀ ਨਾਰੀਅਲ ਦਾ ਬੁਰਾਦਾ, ਜਿਹੜਾ ਕਿ ਠੰਡਕ ਵੀ ਦਿੰਦਾ ਗਾ, ਅਤੇ ਜਦੋਂ ਆਪਾਂ ਕੋਈ ਵੀ ਬਰਫੀ ਬਣਾਉਂਦੇ ਤਾਂ ਉਹਦੇ ਵਿੱਚ ਟੇਸਟੀ ਵੀ ਬਹੁਤ ਲੱਗਦਾ ਗਾ। ਸੋ ਇਹ ਆਪਾਂ 1/4 ਕੌਲੀ ਇਹਦੇ ਵਿੱਚ ਪਾ ਕੇ ਮਿਕਸ ਕਰ ਲਿਆ ਸੀ, ਗੈਸ ਆਪਾਂ ਬੰਦ ਕਰਤਾ ਸੀਗਾ, ਅਤੇ ਹਿਲਾਉਂਦੇ ਰਹਿਣਾ ਵੀ ਕਿਉਂਕਿ ਕੜਾਹੀ ਗਰਮ ਹੁੰਦੀ ਹੈ ਵੀ ਮੱਚ ਨਾ ਜਾਵੇ। ਅਤੇ ਇੱਧਰ ਆਪਾਂ ਇੱਕ ਪੈਨ ਹੋਰ ਲੈ ਲਿਆ, ਅਤੇ ਇਹਦੇ ਵਿੱਚ ਆਪਾਂ ਪਾ ਲਈ ਜੀ 1/4 ਕੌਲੀ ਖੰਡ ਦੀ, ਅਤੇ ਇਹਦੇ ਵਿੱਚ ਆਪਾਂ 1 ਕੌਲੀ ਭਰ ਕੇ ਪਾਵਾਂਗੇ ਜੀ ਪਾਣੀ ਦੀ। ਮਿੱਠਾ ਆਪਾਂ ਆਪਦੇ ਹਿਸਾਬ ਨਾਲ ਵੱਧ ਘੱਟ ਖਾ ਸਕਦੇ ਹਾਂਗੇ, ਪਰ 1/4 ਕੌਲੀ ਪਰਫੈਕਟ ਹੈ ਜੀ। ਮਿੱਠਾ ਨਾ ਵੱਧ ਹੋਵੇ ਨਾ ਘੱਟ ਹੋਵੇ, ਬਹੁਤ ਹੀ ਟੇਸਟੀ ਬਣਦਾ ਹੈਗਾ। ਅਤੇ 1/2 ਚਮਚ ਆਪਾਂ ਇਹਦੇ ਵਿੱਚ ਪਾ ਲਿਆ ਜੀ ਇਲਾਇਚੀ ਪਾਊਡਰ, ਫਲੇਵਰ ਵਾਸਤੇ ਇਲਾਇਚੀ ਪਾਊਡਰ ਪਾ ਕੇ ਆਪਾਂ ਇਹਨੂੰ ਗਰਮ ਕਰ ਲੈਣਾ ਗਾ 3-4 ਮਿੰਟ ਇਹਨੂੰ ਪਕਾ ਲਿਆ। ਅਤੇ ਇਸ ਪ੍ਰਕਾਰ ਤਾਰ ਜੀ ਬਣਨੀ ਚਾਹੀਦੀ, ਜ਼ਿਆਦਾ ਮਤਲਬ ਵੀ ਆਪਾਂ ਇਹਦੀ ਤਾਰ ਜ਼ਿਆਦਾ ਨਹੀਂ ਬਣਾਉਣੀ ਹੈਗੀ, ਬਸ ਚਿਪ ਚਪਾਇਆ ਬਣਨਾ ਚਾਹੀਦਾ ਗਾ। ਅਤੇ ਹੁਣ ਜਿਹੜਾ ਆਪਾਂ ਬਣਾਇਆ ਸੀ ਜੀ ਸਾਰਾ ਭੁੰਨਿਆ ਸੀਗਾ ਸੂਜੀ ਵਾਲਾ, ਅਤੇ ਉਹਦੇ ਵਿੱਚ ਆਪਾਂ ਜਿਹੜੀ ਚਾਸਣੀ ਬਣਾਈ ਉਹ ਪਾ ਕੇ, ਅਤੇ ਇਹਨੂੰ ਵੀ ਆਪਾਂ ਪਕਾਉਂਦੇ ਰਹਿਣਾ, ਗੈਸ ਆਪਣਾ ਆਉਣੀ ਆ, ਅਤੇ ਇਹਨੂੰ ਵੀ ਆਪਾਂ 2-3 ਮਿੰਟ ਵਾਸਤੇ ਪਕਾ ਲਾਂਗੇ, ਜਿੰਨਾ ਚਿਰ ਜਿਹੜਾ ਸਾਰਾ ਪੇਸਟ ਆ ਉਹ ਮਤਲਬ ਵੀ ਕੜਾਹੀ ਨੂੰ ਨਹੀਂ ਸੜਦਾ, ਉਨਾ ਟਾਈਮ ਆਪਾਂ ਇਹਨੂੰ ਪਕਾਉਂਦੇ ਰਹਿਣਾ ਗਾ। ਅਤੇ ਨਾਲੇ ਤਾਂ ਇਹ ਘਿਓ ਸਾਡੇ ਜੂਜੇ ਨਾਲੇ ਕੜਾਹੀ ਨਾਲੋਂ ਅਲੱਗ ਹੋ ਜੂਗਾ, ਅਤੇ ਉਦੋਂ ਤੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਈ ਜਾਣਾ ਜੀ। ਅਤੇ ਇੱਧਰ ਆਪਾਂ ਇੱਕ ਟਰੇ ਲੈ ਲਈ ਸੀਗੀ, ਟਰੇ ਤੁਸੀਂ ਕੋਈ ਵੀ ਲੈ ਸਕਦੇ ਚੌਰਸ ਗੋਲ, ਅਤੇ ਇਹਦੇ ਉੱਤੇ ਆਪਾਂ ਲਾਇਆ ਹੋਇਆ ਜੀ ਬਟਰ ਪੇਪਰ, ਅਤੇ ਉੱਤੇ ਆਪਾਂ ਲਾਤਾ ਥੋੜ੍ਹਾ ਜਿਹਾ ਘਿਓ ਵੀ ਜਿਹੜੀ ਬਰਫੀ ਆ ਵਧੀਆ ਚੰਗੀ ਤਰ੍ਹਾਂ ਨਿਕਲ ਜੇ। ਅਤੇ ਹੁਣ ਆਪਾਂ ਜਿਹੜਾ ਉੱਧਰ ਪੇਸਟ ਆ ਜੀ ਆਪਣਾ ਸਾਰਾ ਵਧੀਆ ਬਣ ਕੇ ਤਿਆਰ ਆ, ਕੜਾਹੀ ਨੂੰ ਇਹਨੇ ਛੱਡ ਤਾ, ਅਤੇ ਦੇਖ ਸਕਦੇ ਹੋ ਵੀ ਤੁਸੀਂ 3 ਚਮਚ ਤੋਂ ਹੀ ਬਹੁਤ ਜਿਹੜੀ ਟੇਸਟੀ ਆ ਮਠਿਆਈ ਬਣ ਕੇ ਤਿਆਰ ਹੋਈ, ਅਤੇ ਨਾਲੇ ਇੰਨੀ ਜ਼ਿਆਦਾ ਸਵਾਦ ਬਣਦੀ, ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਣਾ ਜੀ। ਅਤੇ ਹੁਣ ਆਪਾਂ ਇਹਨਾਂ ਨੂੰ ਸਾਰੇ ਨੂੰ ਇੱਕ ਟਰੇ ਵਿੱਚ ਕੱਢ ਲਿਆ ਸੀਗਾ, ਟਰੇ ਦੇ ਥੱਲੇ ਆਪਾਂ ਘਿਓ ਜ਼ਰੂਰ ਲਾ ਲਈ, ਜੇਕਰ ਟਰੇ ਨਾ ਹੋਵੇ ਤਾਂ ਕੋਈ ਵੀ ਜਿਵੇਂ ਥਾਲ ਵਗੈਰਾ ਥਾਲੀ ਹੋ ਗਈ ਜੀ ਉਹਦੇ ਆਪਾਂ ਘਿਓ ਲਾ ਕੇ ਉਹਦੇ ਵਿੱਚ ਵੀ ਆਪਾਂ ਇਹਨੂੰ ਪਾ ਸਕਦੇ ਹਾਂਗੇ, ਅਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਲੈਣਾ। ਅਤੇ ਆਪਣੇ ਕੋਲ ਹੈਗਾ ਜੀ ਡਰਾਈ ਫਰੂਟ ਕੱਟਰ, ਬਦਾਮ ਅਤੇ ਪਿਸਤੇ ਆਪਾਂ ਇਹਦੇ ਉੱਪਰ ਲਗਾ ਦਾਂਗੇ ਜੀ ਕੱਟ ਕੇ ਬਰੀਕ, ਅਤੇ ਮੈਨੂੰ ਬਹੁਤ ਵਧੀਆ ਲੱਗਦਾ ਜੀ, ਬਹੁਤ ਸੋਹਣੇ ਜਿਹੜੇ ਪੀਸ ਕੱਟਦਾ ਗਾ ਬਰੀਕ ਬਰੀਕ। ਅਤੇ ਇਹਨੂੰ ਵੀ ਆਪਾਂ ਚਮਚ ਨਾਲ ਸੈੱਟ ਕਰਕੇ, ਅਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ, ਕਿਉਂਕਿ ਵਧੀਆ ਠੰਡਾ ਹੋ ਜਾਵੇ ਅਤੇ ਵਧੀਆ ਜੰਮ ਕੇ ਤਿਆਰ ਹੋ ਜਾਵੇ, ਇਸ ਕਰਕੇ ਆਪਾਂ ਇਹਨੂੰ 5 ਮਿੰਟ ਵਾਸਤੇ ਠੰਡਾ ਹੋਣ ਵਾਸਤੇ ਰੱਖ ਦਾਂਗੇ। 5 ਮਿੰਟਾਂ ਬਾਅਦ ਜੀ ਹੁਣ ਆਪਾਂ ਜਿਹੜੇ ਪੀਸ ਆ ਉਹ ਕੱਟਣੇ ਕਰ ਦਾਂਗੇ ਸਟਾਰਟ। ਅਤੇ ਇਸ ਪ੍ਰਕਾਰ ਹੀ ਜਿਵੇਂ ਤੁਸੀਂ ਚਾਹੋ ਤਕੋਣੇ ਲੰਮੇ ਜਾਂ ਜਿਵੇਂ ਹੁੰਦੀ ਹੈ ਜੀ ਕਤਲੀ ਵਰਗੇ, ਉਵੇਂ ਤੁਸੀਂ ਇਹਨੂੰ ਕੱਟ ਸਕਦੇ ਹੋਗੇ। ਅਤੇ ਇਸ ਪ੍ਰਕਾਰ ਜਿਹੜੇ ਸਾਰੇ ਪੀਸ ਆ ਉਹ ਆਪਾਂ ਕੱਟ ਲਏ ਸੀਗੇ, ਅਤੇ ਇੱਕ ਇੱਕ ਕਰਕੇ ਆਪਾਂ ਇਹਨੂੰ ਰੱਖ ਲਿਆ ਸੀਗਾ। ਅਤੇ ਚਾਹ ਦੇ ਨਾਲ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ, ਸੋ ਜ਼ਰੂਰ ਟਰਾਈ ਕਰਨਾ ਜੀ। ਮੂੰਹ 'ਚ ਘੁਲਣ ਵਾਲੀ ਬਹੁਤ ਹੀ ਟੇਸਟੀ ਜਿਹੜੀ ਮਠਿਆਈ ਹੈਗੀ, ਮਿੰਟੋ ਮਿੰਟੀ ਥੋੜ੍ਹੇ ਜਿਹੇ ਘਿਓ ਤੋਂ ਬਣ ਕੇ ਤਿਆਰ ਹੁੰਦੀ ਹੈ, ਜ਼ਰੂਰ ਟਰਾਈ ਕਰਨਾ ਜੀ। ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ। ਵੀਡੀਓ ਦੇਖਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।